ਅਸੀਂ ਦੇਖ ਰਹੇ ਹਾਂ ਬਾਦਸ਼ਾਹ ਐਜ ਸਟੂਡੀਓ ਅੱਜ ਗੱਲ ਕਰ ਰਹੇ ਹਾਂ ਬਾਈ ਅਮਰੀਕ ਕੋਸਾ ਕੋਟਲਾ ਕਬੱਡੀ ਕਮੈਂਟਰ ਬੜਾ ਮਸ਼ਹੂਰ ਕਬੱਡੀ ਕਮੈਂਟਰ ਹੈ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਸਾਰਿਆਂ ਦਾ ਥੈਂਕ ਯੂ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਬਾਦਸ਼ਾਹ ਐਚ ਪੀ ਸਟੂਡੀਓ ਦਾ ਵੀ ਸਾਰੀ ਟੀਮ ਦਾ ਔਰ ਮਰਕੀਨਾ ਸਪੋਰਟਸ ਕਲੱਬ ਦਾ ਜਿਨ੍ਹਾਂ ਨੇ ਬਹੁਤ ਵਧੀਆ ਮੈਨੂੰ ਇੱਕ ਮੌਕਾ ਦਿੱਤਾ ਔਰ ਰੱਬ ਰੂਪੀ ਸਾਰੇ ਜਿਹੜੇ ਭਰਾ ਵੀ ਇੱਥੇ ਮਿਲ ਗਏ ਆ ਸਾਰਿਆਂ ਦਾ ਮੈਂ ਥੈਂਕ ਯੂ ਕਰਦਾ। ਹਾਂਜੀ ਅਮਰੀਕ ਜੀ ਗੱਲ ਕਰੀਏ ਤੁਹਾਡੇ ਜਨਮ ਗੇਟ ਦੀ, ਜਨਮ ਕਿੱਥੇ ਆ ਜੀ, ਜਨਮ ਕਿੱਥੇ ਆ? ਮੇਰਾ ਜੀ ਕੋਸਾ ਕੋਟਲਾ ਪਿੰਡ ਆ ਮੋਗੇ, ਮੋਗੇ ਡਿਸਟ੍ਰਿਕਟ ਦੇ ਵਿੱਚ ਆ, ਲਹਿੰਦੇ ਵਾਲੇ ਪਾਸੇ ਆ, 12-13 ਕਿਲੋਮੀਟਰ। ਹਾਂਜੀ ਹਾਂਜੀ। ਚਾਰ ਕੋਸੇ ਨੇੜੇ ਨੇੜੇ ਆ, ਕੋਸਾ ਜਲਾਲ, ਕੋਸਾ ਰਣਧੀਰ, ਕੋਸਾ ਪਾਂਡੋ ਅਤੇ ਮੇਰਾ ਪਿੰਡ ਆ ਜੀ ਕੋਸਾ। ਜੇ ਆਪਾਂ ਗੱਲ ਕਰੀਏ ਤੁਹਾਡੇ ਪਰਿਵਾਰ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਨੇ, ਪਿਤਾ ਜੀ ਉਹਨਾਂ ਨਾਮ ਕੀ ਹੈ? ਮਾਤਾ ਜੀ? ਮੇਰੇ ਡੈਡੀ ਜੀ ਹੈ ਨਾ, ਪਾਪਾ ਜੀ, ਉਹਨਾਂ ਦਾ ਨਾਮ ਹੈਗਾ ਜੀ ਗੁਰਦਾਰ ਨਛੱਤਰ ਸਿੰਘ ਅਤੇ ਮੰਮੀ ਨੇ ਕੁਲਦੀਪ ਕੌਰ। ਅਤੇ ਬ੍ਰਦਰ ਆਪਣੇ? ਹਾਂ ਛੋਟਾ ਬ੍ਰਦਰ ਰਾਹਣਾ ਜੀ। ਹਾਂਜੀ। ਅਤੇ ਦੋ ਸਿਸਟਰ ਨੇ, ਇੱਕ ਦੀ ਮੈਰਿਜ ਕਰਤੀ ਹੈ ਅਤੇ ਇੱਕ ਸਿਸਟਰ ਦੀ ਮੈਰਿਜ ਜਿਹੜੀ ਰਹਿੰਦੀ ਹੈ ਉਹ ਕਰਦੀ ਹੈ। ਠੀਕ ਹੈ। ਅਮਰੀਕ ਜੀ ਕਦੋਂ ਤੋਂ ਆਪਾਂ ਜਿਹੜੀ ਕਬੱਡੀ ਨਾਲ ਜੁੜੇ, ਕਦੋਂ ਤੋਂ ਕਮੈਂਟਰੀ ਕਰਨੀ ਸ਼ੁਰੂ ਕਰੀ ਅਤੇ ਕਿੰਨਾ ਪ੍ਰਮੋਟਰ ਨੇ ਤੁਹਾਨੂੰ ਪਰ ਪਿੜੀ ਆ ਜਦੋਂ ਸੁਣਿਆ ਅਤੇ ਕਿਹਨਾਂ ਨੇ ਤੁਹਾਨੂੰ ਕੀਤਾ? ਹਾਂਜੀ ਵਿੰਦਰ ਜੀ, ਇੱਦਾਂ ਨਾ 2011-12 ਦੀ ਇੱਕ ਗੱਲ ਹੋਣੀ ਹੈ ਨਾ। ਹਾਂਜੀ। ਮੈਨੂੰ ਵੀ ਕਾਫੀ ਸ਼ੌਕ ਹੁੰਦਾ ਸੀ ਦਾ ਵੀ ਕਬੱਡੀ ਦੇਖਣੀ ਹੈ ਨਾ, ਵੀ ਦੇਖਣਾ ਹੈ ਨਾ। ਘਰ ਦੇ ਹਾਲਾਤ ਸੀ, ਮੰਨ ਲਓ ਵੀ ਜੇ ਕਹਿ ਲਈਏ ਵੀ ਜਿਹੜੀ ਗਰੀਬੀ ਸੀ ਨਾ ਉਹ ਮੇਰੇ ਘਰ ਦੇ ਵਿੱਚ ਐਨ ਜੋ ਬਣਦੇ ਸੀ ਹੈ ਨਾ। ਹਾਂਜੀ ਹਾਂਜੀ। ਅਤੇ ਵੀ ਉਹ ਵੀ ਪਾਪੇ ਨੇ ਥੋੜ੍ਹਾ ਦਿਹਾੜੀ ਦਫਾ ਕਰਕੇ ਜੋ ਵੀ ਹੈ ਨਾ 100-50 ਲੈ ਆਉਣਾ ਅਤੇ ਉਹ ਮੇਰੇ ਇਲਾਜ 'ਤੇ ਲੱਗ ਜਾਂਦਾ ਹੁੰਦਾ ਸੀ। ਠੀਕ ਠੀਕ। ਅਤੇ ਮੈਂ ਫਿਰ ਵੀ ਮੈਨੂੰ ਇਹ ਹੁੰਦਾ ਸੀ ਮੈਂ ਮਾੜਾ ਮੋਟਾ ਦੇਖਦਾ ਕਬੱਡੀ ਦੇਖਣ ਚਲਾ ਜਾਂਦਾ ਵੀ ਛੋਟਾ ਨਾਲ ਮੈਨੂੰ ਕੋਈ ਚੱਕ ਕੇ ਲੈ ਗਿਆ, ਵੀ ਮੋਟਰਸਾਈਕਲ 'ਤੇ ਪਾ ਕੇ ਲੈ ਗਿਆ, ਕੋਈ ਸਾਈਕਲ 'ਤੇ ਲੈ ਗਿਆ। ਪਰ ਘਰ ਆਉਣਾ ਘਰਦਿਆਂ ਨੇ, ਮੰਮੀ ਨੇ ਬਹੁਤ ਬੋਲਣਾ ਹੈ ਨਾ। ਠੀਕ ਠੀਕ। ਮੰਮੀ ਨੇ ਕਹਿਣਾ ਵੀ ਤੂੰ 4 ਅੱਖਰ ਪੜ੍ਹ ਲਿਖ ਲਿਆ, ਆਪਣੇ ਹਾਲਾਤ ਇੱਦਾਂ ਦੇ ਨਹੀਂ ਹੈਗੇ ਵੀ ਤੇਰਾ ਆਉਣ ਵਾਲਾ ਕੱਲ੍ਹ ਕਿੱਦਾਂ ਹੋਊਗਾ ਨਾ। ਠੀਕ ਠੀਕ। ਵੀ ਕੋਈ ਨੌਕਰ ਤੈਨੂੰ ਪਤਾ ਵੀ ਉੱਥੇ ਕਿੱਦਾਂ ਦੇ ਹਾਲਾਤ ਨੇ ਹੈ ਨਾ, ਵੀ ਚੈੱਕ ਅਤੇ ਜੈੱਕ ਦੋਨੇ ਹੀ ਚਾਹੀਦੇ ਜੇ ਆਪਾਂ ਕੋਈ ਵਧੀਆ ਜੋਬ ਲੈਣੀ, ਵਧੀਆ ਨੌਕਰੀ ਲੈਣੀ ਆ। ਠੀਕ ਠੀਕ। ਹੁਣ ਨਾ ਤਾਂ ਸਾਡੇ ਕੋਲ ਪੈਸਾ ਸੀਗਾ ਨਾ ਲੈ ਕੇ ਸੀਗੇ ਅਤੇ ਘਰਦਿਆਂ ਦੀਆਂ ਸੋਚੀ ਵੀ 4 ਅੱਖਰ ਪੜ੍ਹ ਲਿਖ ਲਵੇ ਹੈ ਨਾ। ਅਤੇ ਮੈਨੂੰ ਇਹ ਸੀਗਾ ਵੀ ਜੇ ਤੂੰ ਰੋਕਦੇ ਆ ਘਰਦੇ ਮੈਨੂੰ ਵਧੀਆ ਨਹੀਂ ਲੱਗਦਾ ਸੀਗਾ, ਮੈਨੂੰ ਇਹਦਾ ਵੀ ਮੈਂ ਕਬੱਡੀ ਦੇਖਾਂ ਹੈ ਨਾ। ਠੀਕ ਠੀਕ। ਅਤੇ ਹੌਲੀ ਹੌਲੀ ਪਰ ਕਿਵੇਂ ਨਾ ਕਿਵੇਂ ਚਲੋ ਪਰਮਾਤਮਾ ਦੇ ਰੰਗ ਆ ਨਾ ਵੀ ਆ ਪਿੰਡ ਮੈਕ ਫੜ ਲਿਆ ਅਤੇ ਬਸ ਉੱਥੋਂ। ਇਹ ਕਮੈਂਟਰੀ ਤੋਂ ਪਹਿਲਾਂ ਆਪਾਂ ਕੀ ਕਰਦੇ ਹੁੰਦੇ ਸੀ, ਕਿੱਦਾਂ ਦਾ ਆਪਣਾ ਮੋਲ ਸੀਗਾ ਸਕੂਲ ਟਾਈਮ ਕਿੱਦਾਂ? ਹਾਂਜੀ ਪਿੰਦਰ, ਇੱਦਾਂ ਸੀਗਾ ਜਦੋਂ ਮੈਂ ਪਲੱਸ ਟੂ ਕਰਕੇ ਨਾ ਮੈਂ ਗ੍ਰੈਜੂਏਸ਼ਨ ਕਰਨ ਲੱਗਿਆ ਹੈ ਨਾ। ਠੀਕ ਹੈ ਠੀਕ ਹੈ। ਗ੍ਰੈਜੂਏਸ਼ਨ ਕਰਨ ਤੋਂ ਬਾਅਦ ਨਾਲ ਹੀ ਮੈਂ ਆਰਟ ਐਂਡ ਕਰਾਫਟ ਡਰਾਇੰਗ ਟੀਚਰ ਦਾ ਡਿਪਲੋਮਾ ਕਰਦਾ ਹੁੰਦਾ ਸੀਗਾ। ਤੁਹਾਡੇ ਕਾਲਜ ਦੇ ਵਿੱਚ ਨਾ ਇੱਕ ਥੀਏਟਰ ਦੀ ਟੀਮ ਹੁੰਦੀ ਸੀ ਬਹੁਤ ਵਧੀਆ। ਠੀਕ ਹੈ ਠੀਕ ਹੈ। ਹਾਂ ਉਦੋਂ ਮੈਂ ਕਾਲਜ ਟਾਈਮ ਥੀਏਟਰ ਵੀ ਕਰਦਾ ਰਿਹਾ, ਫਿਰ ਮੈਂ ਗ੍ਰੈਜੂਏਸ਼ਨ ਕਰਕੇ ਨਾਲ ਹੀ ਮੈਂ ਡਿਪਲੋਮਾ ਕੰਪਲੀਟ ਕਰ ਲਿਆ ਸੀਗਾ। ਠੀਕ ਹੈ। ਉਸ ਤੋਂ ਬਾਅਦ ਮੈਂ ਐਮਏ ਕਰਨ ਲੱਗ ਗਿਆ, ਹਿੰਦੀ ਦੀ ਐਮਏ ਮੈਂ ਕਰ ਲਈ ਹੈ ਨਾ। ਅਤੇ ਬੀਐਡ ਦੇ ਵਿੱਚ ਮੈਂ ਦਾਖਲਾ ਤਾਂ ਲੈ ਲਿਆ ਸੀਗਾ ਪਰ ਹਾਲਾਤ ਨਹੀਂ ਵਧੀਆ ਸੀ ਘਰ ਦੇ, ਫੀਸ ਨਹੀਂ ਭਰੀ ਜਾਂਦੀ ਸੀ। ਚਲੋ ਕਾਲਜ ਉਹਨਾਂ ਦੀ ਵੀ ਮੈਨੇਜਮੈਂਟ ਦੀ ਮਜਬੂਰੀ ਸੀ ਹੈ ਨਾ, ਕਾਲਜ ਦੀ ਮਜਬੂਰੀ ਸੀਗੀ ਹੈ ਨਾ। ਉਹਨਾਂ ਨੇ ਫਿਰ ਮੈਨੂੰ ਕਾਲਜ ਮਨਾ ਕਰਤਾ ਵੀ ਹੈ ਨਾ ਵੀ ਫੀਸ ਨਹੀਂ ਪੂਰੀ ਹੁੰਦੀ, ਪਰ ਮੈਂ ਆਪ ਹੀ ਛੱਡਦੀ। ਅਤੇ ਆਪਣੇ ਕੁਛ ਕੈਨੇਡਾ ਦੇ ਟੂਰ ਵੀ ਲੱਗੇ ਆ ਜੀ, ਅਤੇ ਉਹਨਾਂ ਬਾਰੇ ਵੀ ਕੋਈ ਮਲੇਸ਼ੀਆ ਦੇ ਵਰਤ ਦੇ ਲੱਗੇ, ਉਹਨਾਂ ਬਾਰੇ ਵੀ ਚੱਲਣਾ ਪਾਓ ਵੀ ਤੁਹਾਨੂੰ ਕਿੰਨਾ ਨੇ ਕਬੱਡੀ ਅਲੀ ਜਿਹੜਾ ਵਾਲਾ ਖਿੱਚਿਆ ਅਤੇ ਕਿੰਨਾ ਨੇ ਤੁਹਾਨੂੰ ਪ੍ਰਮੋਟ ਕੀਤਾ? ਹਾਂਜੀ, ਯੂਰਪ ਦੇ ਵਿੱਚ ਆਪਣੇ ਪਿੰਕੇ ਭਾਅ ਜੀ ਹੋਣੀ ਹੈ ਨਾ, ਠੀਕ ਹੈ, ਫਸਟ ਟਾਈਮ ਮਿਲੇ ਸੀ ਉਹ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਨਾ, ਘੁਮਾਣ ਪਿੰਡ ਹੈ ਇੱਕ। ਠੀਕ ਹੈ ਜੀ। ਹਾਂ ਮੈਨੂੰ ਉੱਥੇ ਮਿਲੇ ਹੈ ਨਾ, ਉਹਨਾਂ ਨੇ ਜਿੱਦਾਂ ਵਧੀਆ ਲੱਗਾ ਮੈਨੂੰ ਅਤੇ ਮੈਨੂੰ ਉਦੋਂ ਇੱਕ ਸੁਪਨਾ ਜਿਹਾ ਸੀਗਾ ਜਿੱਦਾਂ ਜਹਾਜ਼ ਆ ਹੈ ਨਾ, ਵੀ ਸੋਚ ਹੀ ਨਹੀਂ ਸਕਦੇ ਸੀਗੇ। ਠੀਕ ਹੈ। ਅਤੇ ਪਹਿਲੀ ਵਾਰੀ ਮੈਨੂੰ ਭਾਈ ਹੋਣੀ ਲੈ ਗਏ ਪਿੰਕਾਂ, ਦੇਖੋ ਉਹਨਾਂ ਮਾਨਾ ਵਾਲੀ ਪਿੰਡ ਆ ਮਨਵਾੜੇ ਜ਼ਿਲ੍ਹਾ। ਠੀਕ ਹੈ। ਅਤੇ ਅਮਰੀਕ ਜੀ ਆਪਾਂ ਗੱਲ ਕਰੀਏ, ਹੁਣ ਤੱਕ ਤੁਸੀਂ ਕਿੰਨੇ ਵਾਰੀ ਕੈਨੇਡਾ ਜਾ ਚੁੱਕੇ ਆ ਅਤੇ ਕਿੰਨੇ ਵਾਰੀ ਆਸਟ੍ਰੇਲੀਆ ਜਾਂ ਯੂਰਪ ਦੇ ਵਿੱਚ ਜਾ ਚੁੱਕੇ ਆ? ਨਹੀਂ ਇਹ ਤਾਂ ਜਿਵੇਂ ਮੰਨ ਲਓ ਇੱਧਰ ਸਾਰੇ ਫਰਾਂਸ ਵਗੈਰਾ, ਇਟਲੀ ਵਗੈਰਾ ਹੋ ਗਿਆ ਹੈ ਨਾ, ਹੋਲੈਂਡ ਹੋ ਗਿਆ, ਸਪੇਨ ਹੋ ਗਿਆ, ਨਾਰਵੇ ਹੋ ਗਿਆ, ਠੀਕ ਹੈ, ਬੈਲਜੀਅਮ, ਇਹ ਸਾਰੇ ਮੈਂ 2-3 ਵਾਰੀ ਜਾ ਆਇਆ ਇੱਧਰ ਹੈ ਨਾ। ਕੈਨੇਡਾ ਮੈਂ ਫਸਟ ਟਾਈਮ ਹੀ ਗਿਆ ਸੀਗਾ ਆਪਣੇ ਕਲਾਸ ਦੀ ਆ। ਕਿਹੜੇ ਸਾਲ ਚੁੱਕੇ? ਪਿਛਲੇ ਸਾਲ ਜਾ ਕੇ ਆਏ। ਠੀਕ ਹੈ। ਹੁਣ ਤੁਸੀਂ ਅੱਜ ਬੜੀਲਾ ਦੀ ਧਰਤੀ 'ਤੇ ਆਏ ਹਾਂ, ਅਤੇ ਤੂੰ ਕਿੱਦਾਂ ਦਾ ਤੁਹਾਨੂੰ ਮਾਹੌਲ ਲੱਗ ਰਿਹਾ, ਕਿਹੜੀਆਂ ਕਿਹੜੀਆਂ ਖੇਡਾਂ ਹੋ ਰਹੀਆਂ, ਗੇਮਾਂ ਹੋ ਰਹੀਆਂ ਜੀ, ਅਤੇ ਕਿੱਦਾਂ ਦੇ ਮੈਚ ਹੋਣਗੇ? ਵਧੀਆ ਜਿਹੜੇ ਹਿਸਾਬ ਨਾਲ ਮੈਂ ਨਾ ਕੱਲ੍ਹ ਆ ਕੇ ਦੇਖਿਆ ਕਿ ਬਹੁਤ ਵਧੀਆ ਉਤਸ਼ਾਹ ਜਿਹੜੇ ਇੱਥੋਂ ਦੇ ਭਰਾ ਨੇ, ਪੰਜਾਬੀ ਆ ਸਾਡੇ ਹੈ ਨਾ, ਵੀ ਵਧੀਆ ਇੱਥੇ ਇਹਨਾਂ ਨੇ ਵਧੀਆ ਆਪਣੇ ਬਿਜ਼ਨਸ ਕੀਤੇ ਹੋਏ ਹੈ ਨਾ, ਪਰਮਾਤਮਾ ਦੇ ਰੰਗ ਆ, ਬਹੁਤ ਵਧੀਆ ਲੱਗ ਰਿਹਾ। ਬਾਕੀ ਕਬੱਡੀ ਆ, ਵਾਲੀਬਾਲ ਦੇ ਮੈਚ ਹੋਏ ਆ ਹੈ ਨਾ, ਵੀ ਜਿਹੜੀਆਂ ਸਾਰੀਆਂ ਖੇਡਾਂ ਵਧੀਆ ਲੱਗੀਆਂ ਮੈਨੂੰ, ਲੈ ਕੇ ਮਾਹੌਲ ਵਧੀਆ ਲੱਗਾ। ਬਾਕੀ ਵੱਡੀ ਗੱਲ ਹੁੰਦੀ ਆ ਵੀ ਪਿਆਰ ਆ ਜਿਹੜਾ ਹੈ ਨਾ, ਮੈਨੂੰ ਇਹ ਇਹਨਾਂ ਨੇ ਪ੍ਰਬੰਧਕਾਂ ਨੇ, ਇਹਨਾਂ ਭਰਾਵਾਂ ਨੇ ਬਹੁਤ ਪਿਆਰ ਦਿੱਤਾ, ਵੀ ਮੇਰੇ ਕੋਲ ਸ਼ਬਦ ਨਹੀਂ ਹੈਗੇ, ਮੈਂ ਇਹਨਾਂ ਦਾ ਹਮੇਸ਼ਾ ਹੀ ਰਿਣੀ ਰਹੂੰਗਾ। ਅਤੇ ਅਮਰੀਕ ਜੀ ਆਪਾਂ ਗੱਲ ਕਰੀਏ, ਜੇ ਵੀ ਹੁਣ ਤੁਹਾਨੂੰ ਕਬੱਡੀ ਨੇ ਕੀ ਸਨਮਾਨ, ਜਿਹੜੇ ਮਾਨ ਸਨਮਾਨ ਹੋ ਚੁੱਕੇ ਆ ਕਬੱਡੀ ਦੇ ਵਿੱਚ, ਕਿੰਨਾ ਭਰਾਵਾਂ ਨੇ ਕੀਤੇ, ਕਿੰਨਾ ਵੱਡਾ ਤੁਹਾਨੂੰ ਵੱਡਾ ਸਹਿਯੋਗ ਮਿਲੇ? ਹੁਣ ਤਾਂ ਕੀ ਜਿਹੜਾ 2 ਗੱਡੀਆਂ ਮਿਲ ਗਈਆਂ, 3 ਬੁਲਟ ਮੋਟਰਸਾਈਕਲ ਆ, ਬਾਕੀ ਦੂਜੇ ਬਾਕੀ ਜਿਹੜਾ ਸਨਮਾਨ
ਵੱਡੀ ਖਿਡਾਰੀਆਂ ਨੂੰ ਮੈਂ ਇਹ ਕਹਿੰਦਾ ਵੀ ਨਾ ਕਈ ਵਾਰ ਵੀ ਹੁੰਦਾ ਯਾਰ ਵੀ ਮੈਂ ਵਧੀਆ ਖੇਡਦਾ ਹਨਾ ਤੇ ਮੈਨੂੰ ਵਧੀਆ ਕਿਉਂ ਨੀ ਮੈਨੂੰ ਕੋਈ ਪ੍ਰਮੋਟਰ ਨੀ ਮਿਲ ਰਿਹਾ ਨਾ ਸਿਆਣੇ ਕਹਿੰਦੇ ਨਾ ਵੀ ਟਾਈਮ ਆਉਂਦਾ ਪਰ ਟਾਈਮ ਲੱਗਦਾ ਉਹਦੇ ਘਰੇ ਦੇਰ ਆ ਹਨੇਰ ਨੀ ਹੌਲੀ ਹੌਲੀ ਤੁਰੇ ਜਾਓ ਕਿਤੇ ਨਾ ਕਿਤੇ ਮੰਜ਼ਿਲ ਮਿਲੀ ਬਾਕੀ ਮੈਂ ਸਾਰੇ ਜਿਹੜੇ ਪ੍ਰਮੋਟਰ ਜਿਵੇਂ ਇਹਨਾਂ ਭਰਾਵਾਂ ਨੇ ਕੀਤਾ ਵਾ ਮੈਂ ਕਹਿੰਦਾ ਵੀ ਨਵੇਂ ਮੁੰਡਿਆਂ ਨੂੰ ਵੀ ਆਪਾਂ ਮੌਕਾ ਦੇਈਏ ਹਨਾ ਵੀ ਉਹ ਵੀ ਥੋੜ੍ਹਾ ਸ਼ੋਅ ਹੋਣ ਦੁਨੀਆ ਦੇ ਸਾਹਮਣੇ ਆਉਣਾ ਦਰਸ਼ਕੋ ਤੁਸੀਂ ਦੇਖ ਰਹੇ ਸੀ ਅਮਰੀਕ ਸਾਕੂਟਲਾ ਇੰਟਰਵਿਊ ਕਰ ਰਹੇ ਸੀ ਅਸੀਂ ਪਾਚਾ ਸਟੂਡੀਓ ਇਸ ਚੀਜ਼ ਧੰਨਵਾਦ ਸਾਰਿਆਂ ਦਾ ਹਾਂਜੀ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਐਨ ਥੈਂਕਸ ਥੈਂਕ ਯੂ